ਪਨਾਮਾ ਤੋਂ 130 ਜਿਹੜੇ ਬੱਚੇ ਨੇ ਇੰਡੀਅਨ ਨੇ ਜਿਹੜੇ ਸ਼ਾਇਦ ਪੰਜਾਬੀ ਵੱਧ ਹੋਣਗੇ ਮੈਨੂੰ ਲੱਗਦਾ ਹੈ ਨਾ ਕਿ ਉਹ ਵਾਪਸ ਰਿਪੋਰਟ ਹੋ ਗਏ ਨੇ ਤੇ ਪੈਸੇ ਕਿੰਨੇ ਲੈਂਦੇ ਏਜੰਟ ਡੌਂਕੀ ਵਾਲਿਆਂ ਨੇ 35 ਸੇ ਲੈ ਕੇ 55 ਲੱਖ ਰੁਪਏ ਤੱਕ ਚਾਰਜ ਕੀਤਾ ਜਾਂਦਾ ਡੌਂਕੀ ਦੀ ਸੀਡੀ ਤੇ ਡੌਂਕੀ ਇਹ ਬੱਚੇ ਬੜੇ ਦੂਰ ਸੇ ਹਮਾਤ ਜੋੜਦੇ ਇਸ ਕੰਮ ਤੋਂ ਪਰ ਪੈਸੇ ਤਾਂ ਕਹਿੰਦੇ ਏਜੰਟਾਂ ਨੂੰ ਡੌਂਕੀ ਚ ਜ਼ਿਆਦਾ ਬਣਦੇ ਨੇ ਇਸੇ ਡੌਂਕੀੋਂ ਪੈਸੇ ਜ਼ਿਆਦਾ ਬਣ ਰਹੇ ਨੇ ਉਹ ਡਾਂਕੀ ਹੋ ਜਾਦਾ ਪੈਸੇ ਬਣਾ ਲੇ ਇਹ ਜੋ ਡਾਂਕੀ ਕਰ ਰਹੇ ਹਨ ਇਹ ਡਾਂਕੀ ਬਿਲਕੁਲ ਨੀਚੇ ਵਾਲੀ ਹੈ ਜੋ ਬਿਲਕੁਲ ਜੰਗਲ ਵਾਲੀ ਡਾਂਕੀ ਜਿਸੇ ਕਹਿੰਦੇ ਹੈ ਅੱਛਾ ਇਹਦੇ ਚ ਵੀ ਸਟੇਜ ਹਨ ਕੁਝ ਪਾਸੋਂ ਕੁਝ ਏਜੰਟ ਫਰਾਰ ਹੋ ਚੁਕੇ ਹਨ ਠੀਕ ਹੈ ਜੀ ਕੁਝ ਏਜੰਟ ਉਹ ਹੈ ਜੋ ਪਲੇਅਰ ਹੈ ਕਿ ਜਿਨ੍ਹਾਂ ਨੇ ਪਾਸਪੋਰਟ پکڑ ਕੇ ਅੱਗੇ ਸਾਰ ਅੱਗੇ دیا ਥਾ ਜਿਉਨੂੰ ਕਹਿ ਦਿੱਤਾ ਜਾਂਦਾ ਵੀ ਤੇਰਾ ਸਿੱਧੇ ਰੂਪ ਚ ਕੰਮ ਨਹੀਂ ਬਣਦਾ ਫਿਰ ਅਗਲਾ ਕਹਿੰਦਾ ਵੀ ਮੇਰਾ ਟੇਡੇ ਚ ਬਣਾ ਦਿਓ तो ना एग्जाम्पल ऐसे लेके आते हैं जी मेरा फलाना चाचा का बेटा गया था मेरा पड़ोसी गया था मेरा वो भी इस रास्ते से गया था वो पहुंच गया डरते भी नहीं शोक जी सावान पंजाबी बने हुए भी डरते नहीं जी तो पर ये था बड़ा असि देखते हैं कि बड़ा खतरनाक रास्ता है, है वो ऐसे ऐसे रास्तों से जाते हैं जहाँ महीनों अपना टाइम लगाते हैं ब्रेड का पैकेट और एक पानी की बोतल में कई दिन का गुजारा निकाल रहे होते ਨਾਮਾ ਸਰਕਾਰ ਦਾ ਯੂਐਸ ਦੇ ਨਾਲ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਬੰਦੇ ਅਮਰੀਕਾ ਤੱਕ ਆਉਣ ਨਾ ਦਿਓ ਉੱਥੇ ਹੀ ਫੜ ਕੇ ਉੱਥੇ ਹੀ ਵਾਪਸ ਕਰ ਇਸ ਟਾਈਮ ਤੇ ਵੀ 4000 ਪਲੱਸ ਇੰਡੀਅਨ ਰਸਤੇ ਵਿੱਚ ਬੈਠਾ ਹੋਇਆ ਹੈ ਕੋਈ ਸੂਰੀਨਾਮ ਬੈਠਾ ਹੈ ਕੋਈ ਬ੍ਰਾਜ਼ਿਲ ਬੈਠਾ ਹੈ ਕੋਈ ਤੰਜ਼ਾਨੀਆ ਬੈਠਾ ਹੈ ਅਲੱਗ-ਅਲੱਗ ਡੌਂਕਰ ਮਿਲਦੇ ਨੇ ਅੱਗੇ ਤੇ ਫਿਰ ਉਹ ਇਧਰਲਾ ਏਜੰਟ ਉਹਨਾਂ ਨੂੰ ਫੋਨ ਕਰਕੇ ਦੱਸਦਾ ਕਿਵੇਂ ਕੰਟੈਕਟ ਕਿਵੇਂ ਹੁੰਦਾ ਇਹਨਾਂ ਦਾ ਉਹ ਇੱਕ ਟਾਈਪ ਵਾਹ ਪੇ ਕਰਤਾ ਹੈ वो जो डोंकर होता है वो अलग अलग कंट्रीज में उनको अलग अलग रूट प्रोवाइड कराता है जो उन्हें आगे लेके जाते हैं देखो जी ये जो डोंकी वाला रूट है ना इसमें जो ज़्यादातर लोग हैं वो गुजराती हरियाणवी और अपना पंजाब आप चाहो तो यहाँ पे दस लाख में अच्छा काम खोल सकते हो पर लोगों को दस लाख में काम नहीं, नहीं खोलना लोगों को चाहिए जी हमारे घर के ऊपर यूएसए का झंडा फहर रहा हो मैं तो ये नहीं कहूँगा कि इंग्लैंड भी सही होते हैं पर इसमें कहीं ना कहीं दोष जो होता है गलती जो है वो कहीं ना कहीं क्लाइंटों की भी है ਸਸ਼ੀਕਾਲ ਦੀ ਔਨਅਰ ਦੇਖ ਰਹੇ ਹੋ ਤੇ ਮੈਂ ਹਾਂ ਰਵਰਿੰਦਰ ਸਿੰਘ ਬੈਣੀਪਾਲ ਤੇ ਸਵਾਗਤ ਆ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਜਾਗਰੂਕ ਰਹੋ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਜਾਂ ਫਿਰ ਜਿਹੜੇ ਲੋਕ ਆ ਇੰਡੀਆ ਤੋਂ ਬਾਹਰ ਕਿਤੇ ਵੀ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਚੰਗੀ ਤੋਂ ਚੰਗੀ ਜਾਣਕਾਰੀ ਲੈ ਕੇ ਆਉਨੇ ਆ ਸਾਡੀ ਕੋਸ਼ਿਸ਼ ਸਾਡਾ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਸਹੀ ਸਮੇਂ ਤੇ ਪਹੁੰਚਾ ਦਿੱਤੀ ਜਾਵੇ ਤਾਂ ਜੋ ਤੁਸੀਂ ਕਿਸੇ ਵੀ ਧੋਖੇ ਬਾਅਦ ਏਜੰਟ ਦਾ ਸ਼ਿਕਾਰ ਨਾ ਬਣ ਸਕੋ ਤੇ ਤੁਹਾਡੇ ਲੱਖਾਂ ਰੁਪਏ ਇਸ ਤਰੀਕੇ ਦੇ ਏਜੰਟ ਨਾ ਠੱਗ ਸਕਣ ਅੱਜ ਇੱਕ ਵੱਡੀ ਅਹਿਮ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਪਰ ਪਹਿਲਾਂ ਸਵਾਗਤ ਕਰਦੇ ਆ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਕਾਈ ਟ੍ਰੇਲ ਦੇ ਐਮ ਡੀ ਮਿਸਟਰ ਅਸ਼ੋਕ ਸਿੰਘ ਅਸ਼ੋਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਿਹੜੀ ਜਾਣਕਾਰੀ ਅਸ਼ੋਕ ਜੀ ਅੱਜ ਲੈ ਕੇ ਆਏ ਹੋ ਕਿ ਉਹੀ ਜਾਣਕਾਰੀ ਹੈ ਜਿਹੜੀ ਡੌਂਕੀ ਦੇ ਨਾਮ ਸਬੰਧਤ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਡੌਂਕੀ ਜਿਹੜੀ ਤੇ ਮੈਂ ਆਪਾਂ ਦਾ ਡਿਸਕਸ਼ਨ ਵੀ ਹੋਆ ਥਾ ਕਿ ਪਨਾਮਾ ਗਵਰਨਮੈਂਟ ਨੇ 130 ਇੰਡੀਅਨ ਨੇ ਜੋ ਡਿਪੋਰਟ ਕਰਕੇ ਵਾਪਿਸ ਇੰਡੀਆ ਭੇਜੇ ਹਮ ਉਸੇ ਦੇ ਬਾਰੇ ਮੈਂ ਆਪਸੇ ਬਾਤ ਹੋਈ ਸੀ ਤੋ ਅਬ ਜਿਸ ਮੈਂ ਆਪਕਾ ਨਿਕਾਤਾ ਕੇ ਇੱਕ ਬਾਰ ਮੇਰੇ ਡਿਟੇਲ ਮੈਂ ਬਤਾਉ ਤੋ ਉਸੇ ਬਾਰੇ ਮੈਂ ਫਿਰ ਹਮ ਯਾਨੀ ਕਿ ਸਾਫ ਤੌਰ ਤੇ ਇਹ ਗੱਲ ਕਲੀਅਰ ਆ ਵੀ ਪਨਾਮਾ ਤੋਂ 130 ਜਿਹੜੇ ਬੱਚੇ ਨੇ ਇੰਡੀਅਨ ਨੇ ਜਿਹੜੇ ਸ਼ਾਇਦ ਪੰਜਾਬੀ ਬੱਦ ਹੋਣਗੇ ਮੈਨੂੰ ਲੱਗਦਾ ਹੈ ਨਾ ਕਿ ਉਹ ਵਾਪਸ ਡਿਪੋਰਟ ਹੋ ਗਏ ਨੇ ਮਤਲਬ ਵਾਪਸ ਆ ਗਏ ਨੇ ਤੇ ਜਿੰਨਾ ਪੈਸਾ ਉਹਨਾਂ ਦਾ ਲੱਗਿਆ ਸੀ ਉਹ ਫਿਰ ਸਾਰਾ ਡੁੱਬ ਗਿਆ ਜਾਂ ਫਿਰ ਏਜੰਟ ਉਹਨਾਂ ਨੂੰ ਪੈਸੇ ਵਾਪਸ ਮੋੜ ਸਕਦੇ ਨੇ ਦੇਖੋ ਜੀ ਅਗਰ ਆਪ ਮੰਨ ਕੇ ਚੱਲੋ ਤਾਂ ਇਹ ਪੈਸਾ ਡੁਬਾ ਹੀ ਹੋਈ ਹੈ ਠੀਕ ਹੈ ਕਿਉਂਕਿ ਜਿਸ ਏਜੰਟ ਨੇ ਵੀ ਭੇਜਾ ਠੀਕ ਹੈ ਕੁਝ ਏਜੰਟ ਤਾਂ ਫਰਾਰ ਹੈ ਇਸ ਮਾਮਲੇ ਕੁਝ ਏਜੰਟ ਫਰਾਰ ਹੋ ਚੁੱਕੇ ਹੈ

बिल्कुल बिल्कुल नीचे वाली वाली है जो बिल्कुल जंगल वाली जिसे कहते है। अच्छा, एदेच भी नहीं। तो बड़े दूर से हाथ करना पसंद करता हूँ जी मैं विस्टर वीजा पे भे बच्चा भेजना पसंद करता हूँ मैं वोट बच्चा भेजना पसंद करता हूँ जहा पे बच्चा अपना वीजा लेके जा रहा है वहां तक वो वेल एंड गुड है पर पैसे बन देने ਦੇਖੋ ਜੀ ਜਿਸੇ ਡੋਂਕੀ ਮੇ ਪੈਸੇ ਜ਼ਿਆਦਾ ਬਣ ਰਹੇ ਹੈ ਉਹ ਡੋਂਕੀ ਹੋ ਜਾਂਦਾ ਪੈਸੇ ਬਣਾ ਲੇ ਠੀਕ ਹੈ ਜੀ ਜ਼ਿਆਦਾ ਪੈਸੇ ਦਾ ਲਾਲਚ ਹੈ ਨਹੀਂ ਠੀਕ ਹੈ ਇਤਨਾ ਪੈਸਾ ਆ ਜਾਂਦਾ ਜਿਸੇ ਆਪਣਾ ਆਫਿਸ ਚੱਲ ਜਾਏ ਆਫਿਸ ਕੇ ਮੇਰੇ ਸਟਾਫ ਹੈ ਉਹਨਾਂ ਦੇ ਘਰ ਪਰਿਵਾਰ ਚੱਲ ਜਾਏ ਉਤਨਾ ਪੈਸਾ ਸਫੀਸ਼ੀਐਂਟ ਲੱਗਦਾ ਹੈ ਠੀਕ ਹੈ ਜੀ ਜ਼ਿਆਦਾ ਲਾਲਚ ਕਰਨੇ ਜਾਓ ਠੀਕ ਹੈ ਕਿਸੇ ਕੇ ਬੱਚੇ ਦੀ ਜ਼ਿੰਦਗੀ ਖਰਾਬ ਕਰੋ ਉਹ ਚੀਜ਼ ਆਪਣੇ ਸੇ ਹੋਗੀ ਨਹੀਂ ਕਿ ਮੈਂ ਕਿਸੇ ਕੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਜਾਊ ਤੇ ਜਿਹੜੇ ਕਰਦੇ ਨੇ ਫਿਰ ਉਹ ਉਹ ਕਿਉਂ ਨਹੀਂ ਸੋਚਦੇ ਇਦਾਂ ਦੇਖੋ ਜੀ ਪੈਸੇ ਦਾ ਕੋਈ ਨਹੀਂ ਸੋਚਦੇ ਉਹ ਤਾਂ ਛਿੱਲ ਲਾਉਣ ਤੇ ਤੁਲੇ ਹੁੰਦੇ ਨੇ ਕੋਈ ਗੱਲ ਨਹੀਂ ਅੱਜ ਆਪਾਂ 2 ਮਹੀਨੇ ਦਫਤਰ ਇੱਥੇ ਰੱਖਣਾ ਇੱਥੇ ਜਿੰਨੇ ਕੇਸ ਆ ਗਏ ਪੈਸੇ ਅੰਦਰ ਕਰੋ ਤੇ ਕਈ ਵਾਰ ਤਾਂ ਇਹ ਹੁੰਦਾ ਕਿ ਵੀਜ਼ਾ ਪੂਜਾ ਤਾਂ ਕਿਹਨੇ ਦੇਣਾ ਹੁੰਦਾ ਪੈਸੇ ਆਏ ਤੇ ਯਾਰ ਉਹ ਨਹੀਂ ਫਰਾਰ ਹੋ ਗਏ ਹੁੰਦੇ ਨੇ ਦੇਖੋ ਜੀ ਇਸ ਪ੍ਰੋਬਲਮ ਇਹ ਨਾ ਏਜੰਟ ਵੀ ਗਲਤ ਹੁੰਦੇ ਠੀਕ ਹੈ ਜੀ ਮੈਂ ਇਹ ਨਹੀਂ ਕਹਾਂਗਾ ਕਿ ਏਜੰਟ ਵੀ ਸਹੀ ਹੁੰਦੇ ਪਰ ਇਸ ਵਿੱਚ کہیں ਨਾ کہیں ਦੋਸ਼ ਜੋ ਹੁੰਦਾ ਹੈ ਗਲਤੀ ਜੋ ਹੈ ਉਹ ਕਹਿੰਦੇ ਕਿ ਕਲਾਇੰਟੋ ਕੀ ਵੀ ਹੈ ਠੀਕ ਹੈ ਉਹ

ਜਿਉ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੇਰਾ ਸਿੱਧੇ ਰੂਪ ਚ ਕੰਮ ਨਹੀਂ ਬਣਦਾ ਫਿਰ ਅਗਲਾ ਕਹਿੰਦਾ ਵੀ ਮੇਰਾ ਟੇਡੇ ਚ ਬਣਾ ਦਿਓ ਵੀਡੀਓ ਬਣਾ ਦੋ ਉਸਕੇ ਬਾਅਦ ਲੋਕ ਨਾ ਐਗਜ਼ਾਮਪਲ ਐਸੇ ਲੈ ਕੇ ਆਤੇ ਨੇ ਜੀ ਮੇਰਾ ਫਲਾਨਾ ਚਾਚਾ ਦਾ ਬੇਟਾ ਗਿਆ ਥਾ ਮੇਰਾ ਪੜੋਸੀ ਗਿਆ ਥਾ ਮੇਰਾ ਉਹ ਵੀਸ ਰਾਸਤੇ ਸੇ ਗਿਆ ਥਾ ਉਹ ਪਹੁੰਚ ਗਿਆ ਤੂੰ ਆਪ ਇਹ ਉਸੀ ਰਾਸਤੇ ਸੇ ਪਹੁੰਚਾ ਦੋ ਜਬਕਿ ਅਗਰ ਸਿੱਧਾ ਕੰਮ ਕਰਨਾ ਹੈ ਸਿੱਧੇ ਕੰਮ ਕਰਨੇ ਮੈਂ ਉਸਕੋ ਥੋੜਾ ਸਾ ਟਾਈਮ ਦੇਣਾ ਹੈ ਲੋਕ ਟਾਈਮ ਨਾ ਦੇ ਕੇ ਨਾ ਆਪਣਾ ਸੋਚਨੇ ਕਿ ਮੇਰਾ ਡਰਦੇ ਵੀ ਨਹੀਂ ਸ਼ੋਕ ਜੀ ਸਾਡੇ ਨੌਜਵਾਨ ਤਾਂ ਵੈਸੇ ਚਲੋ ਵੈਸੇ ਤਾਂ ਪੰਜਾਬੀ ਮੰਨੇ ਹੋਏ ਨੇ ਵੀ ਡਰਦੇ ਨਹੀਂਗੇ ਤੂੰ ਪਰ ਇਹ ਤਾਂ ਬੜਾ ਅਸੀਂ ਦੇਖਦੇ ਹਾਂ ਕਿ ਬੜਾ ਖਤਰਨਾਕ ਰਸਤਾ ਹੈਗਾ ਇਹ ਡੌਂਕੀ ਵਾਲਾ ਕਿੰਨੇ ਜੰਗਲ ਪਾਰ ਕਰਨੇ ਪੈਂਦੇ ਆ ਜੰਗਲ ਤੇ ਤੁਸੀਂ ਦੇਖੋ ਕਿੰਨੇ ਜਾਨਵਰ ਹੁੰਦੇ ਆ ਕਹਿੰਦੇ ਕਿ ਰੋਟੀ ਵੀ ਨਹੀਂ ਮਿਲਦੀ ਤਾਂ ਰੋਟੀ ਤਾਂ ਦੂਰ ਦੀ ਗੱਲ ਆ ਕਈ ਵਾਰ ਪਾਣੀ ਵੀ ਨਹੀਂ ਮਿਲਦਾ ਦੋ ਦੋ ਦਿਨ ਤੇ ਇੰਨਾ ਰਿਸਕ ਲੈ ਕੇ ਜਾਣ ਦਾ ਫਿਰ ਵੀ ਸਾਡੇ ਨੌਜਵਾਨ ਏਸਰਾ ਨੂੰ ਜਾ ਰਹੇ ਨੇ ਇਹ ਇਹਨੂੰ ਕੀ ਸਮਝੀਏ ਕਿ ਕੀੜਾ ਮਨ ਦੇ ਵਿੱਚ ਕੀ ਜਾਣਾ ਹੀ ਜਾਣਾ ਚਾਹੇ ਜਾਨ ਦਾਤੇ ਲਾ ਕੇ ਚਲੇ ਜਾਈਏ ਦੇਖੋ ਜੀ ਮਨ ਕੇ ਅੰਦਰ ਇੱਕ ਨਾ ਲਾਲਚ ਵੀ ਆਤਾ ਹੈ ਹਾਊਹਾਊ ਵੀ ਆਤਾ ਹੈ ਅਬ ਹਮ ਜESE ਇੰਡੀਆ ਮੇ ਰਹ ਰਹੇ ਹੂੰ तो हम इंडिया का ना परिवार से किसी के गांव से उसकी जिंदगी बन गई हम यहाँ इंडिया रहेंगे हमारी जिंदगी नहीं बनेगी तो उस लालच को पूरा करने के लिए वो अपनी जान तक की फिक्र नहीं करते वो ऐसे ऐसे रास्तों से जाते हैं जहां पे मैं और आप ना नॉर्मल एक घंटा ना जा सके वो उस रास्ते के अंदर महीनों अपना टाइम लगाते हैं अब आप कह रहे हो खाने की बात कर रहे हो खाने के नाम पे एक पैकेट ब्रेड का ठीक है जी एक दिन का जो नॉर्मल उनका खाना होता है वो ब्रेड का पैकेट वो कई बार दो दो दिन तीन तीन दिन चलाते हैं एक ब्रेड का पैकेट और एक पानी की बोतल में कई कई दिन का गुजारा निकाल रहे होते हैं बट वो इसीलिए निकाल रहे हैं ताकि उनकी जिंदगी बेटर हो जाए और इसमें ये नहीं है कि हमारे पंजाब के लोग आ गए इस टाइम पे हरियाणा में लोगों से कह दो आप डोंकी करने के लिए लड़के बिंट से पहले तैयार हो जाते हैं वहां के जी मेरे को डोंकी करवा दो गुजराती भी पता गुजराती भी ज्यादा जा रही देखो जी ये जो डोंकी वाला रूट है ना इसमें जो ज्यादातर लोग हैं वो गुजराती हरियाणवी और अपना पंजाब ठीक है इसमें लोग आंख बंद करके जाना वो कर रहे हैं तो पैसे कितने लंदे एजेंट डोंकी वाले तो देखो जी डोंकी का अगर मार्केट में अगर पता करें एजेंट वाइज रेट तो 35 से लेके 55 लाख रुपए तक चार्ज किया जाता है डोंकी के लिए डोंकी के नाल भेजण के लिए हां जी 50 50 लाख रुपया

ਆਪ ਚਾਹੋ ਤਾਂ ਯਾਹ ਪੇ 10 ਲੱਖ ਮੇਂ ਅੱਛਾ ਕੰਮ ਖੁੱਲ ਸਕਤੇ ਪਰ ਲੋਕੋ ਕੋ 10 ਲੱਖ ਮੇਂ ਕੰਮ ਨਹੀਂ ਖੋਲਣਾ ਲੋਕੋ ਕੋ ਚਾਹੀਏ ਜੀ ਹਮਾਰੇ ਘਰ ਕੇ ਉਪਰ ਯੂ ਐਸ ਏ ਦਾ ਝੰਡਾ ਫੈਰ ਰਹਾ ਹੋ ਹਾ ਅਕਾਊਂਟ ਕੇ ਅੰਦਰ ਡਾਲਰ ਕੀ ਸੈਲਰੀ ਗਿਰ ਰਹੀ ਹੋ ਤੋ ਇਸ ਮਾਮਲੇ ਕੋ ਖੁਸ਼ ਹੈ ਚਲੋ ਇਹ ਤਾਂ ਤੁਸੀਂ ਦੱਸ ਰਿਓ ਅਸ਼ੋਕ ਜੀ ਪਰ ਇਹਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਜਿਹੜੀ ਕਿ ਮੈਨੂੰ ਲੱਗਦਾ ਲੋਕਾਂ ਨੂੰ ਦਰਸ਼ਕਾਂ ਨੂੰ ਤੁਹਾਨੂੰ ਵੀ ਸੁਣਨੀ ਚਾਹੀਦੀ ਹੈ ਇਹ ਮੈਨੂੰ ਕਰੈਕਟ ਕਰੋ ਕਿ ਇਹ ਜਿਹੜੇ ਪਨਾਮਾ ਤੋਂ ਫੜੇ ਗਏ ਨੇ ਇੰਡੀਅਨ ਤੇ ਕੋਈ ਪਨਾਮਾ ਸਰਕਾਰ ਦਾ ਯੂ ایس ਦੇ ਨਾਲ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਬੰਦੇ ਅਮਰੀਕਾ ਤੱਕ ਆਉਣ ਨਾ ਦਿਓ ਉੱਥੇ ਹੀ ਫੜ ਕੇ ਉੱਥੇ ਹੀ ਵਾਪਸ ਕਰ ਦਿਓ ਜੇ ਜੋ ਆਪ ਕਹਿ ਰਹੇ ਹੋ ਬਾਤ ਇਹ ਬਿਲਕੁਲ ਸਹੀ ਹੈ ਯੂ ایس ਗਵਰਨਮੈਂਟ ਦਾ ਜੋ ਸਮਝੌਤਾ ਹੋਇਆ ਹੈ ਉਹ ਪਨਾਮਾ ਗਵਰਨਮੈਂਟ ਸੇ ਪਲੱਸ ਬ੍ਰਾਜ਼ਿਲ ਗਵਰਨਮੈਂਟ ਸੇ ਹੋ ਉਹਨਾਂ ਦਾ ਸਮਝੌਤਾ ਹੋਇਆ ਥਾ ਕਿ

आपको ब्राजील एंट्री करवाते थे वहां पे आप अपने पासपोर्ट के ऊपर असाइलम मांग लेते थे उन्हें उनसे शरण मांग लेते थे कि मेरी जान को खतरा है ये सब बता के आप शरण मांग लेते थे फिर उसके बाद आप ब्राजील रुक जाते थे फिर ये लोग क्या जैसे बच्चा ब्राजील रुका उसको वहाँ पे मिल गई शरण मिल गई तो उसके बाद वो नीचे वाले रास्ते से, वाले रास्ते रास्ते से से पनामा उसको डोंकी करवा के वाया यूएस भेज देते दे थे दे। तो सरकार ने उस चीज पे भी पूरी लगाम लगा दी कि अब आप ब्राजील आपको असैलम नहीं मिलेगी अगर आप इंड, एज इंडियन वहां पे जा रहे हो तो आपको वहां पर लीगल वीजा एंट्री से एंट्री करनी होगी खाली पासपोर्ट में आपको एंट्री नहीं मिलेगी वो सैलम नहीं देंगे आपको कोई होर भी रास्ता है अशोक जी पनामा तो अलावा कोई होर रास्ते भी चल जी और भी रास्ते चलते हैं हाँ। ठीक है जी और भी रास्ते चलते हैं जो वाया पनामा वाला रास्ता है ये कहते हैं हम इसे नीचे वाली डोंकी कहते हैं बिल्कुल छोटी वाली डोंकी जिसे कहते हैं जिसके अंदर बच्चे पैदल चल के जाते हैं कई मामलों में ये अगर एजेंटों की भाषा में कहें या आम लोगों की भाषा में कहें तो ये लोगों को सस्ती पड़ती है थर्ड क्लास कह लिए थर्ड क्लास सेकंड क्लास जब आपके क्लास पास क्लास। कोई ऑप्शन ही नहीं बचा तो बिल्कुल लास्ट का ऑप्शन है कि आप बिल्कुल नीचे वाली डोंकी कर लो ठीक है बिल्कुल नीचे वाली डोंकी करने के लिए भी बहुत सारे रास्ते हैं जहां से आप सूरीनाम उतर जाओ हॉन्डरस उतर जाओ ब्राजील उतर के वाया पनामा होते हुए चले जाओ ये होती बिल्कुल छोटी वाली डोंकी यानी कि हम जेड़े लोग या तुसी जे सोच दियो कि जे बाकी कुछ नहीं बनया कागजां दे नाल नहीं बनया ता डोंकी लाके assi चले जाइए ता ਤੁਹਾਡੇ ਲਈ ये जानकारी ਬੇहद ਅਹਿਮ ਹੈ ਕਿਉਂਕਿ ਪਨਾਮਾ ਸਰਕਾਰ ਨੇ ਅਮਰੀਕਾ ਦੇ ਨਾਲ ਇੱਕ ਸਮਝੌਤਾ ਕਰ ਲਿਆ ਬ੍ਰਾਜ਼ੀਲ ਨੇ ਵੀ ਸਮਝੌਤਾ ਕੀਤਾ ਆ ਕਿ ਤੁਸੀਂ ਜਿਹੜੇ ਨੌਜਵਾਨ ਬਾਹਰੀ ਦੇਸ਼ਾਂ ਤੋਂ ਡੌਂਕੀ ਲਾ ਕੇ ਅਮਰੀਕਾ ਆਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪਨਾਮਾ 'ਚ ਹੀ ਰੋਕ ਦਿੱਤਾ ਜਾਏ ਜਾਂ ਬ੍ਰਾਜ਼ੀਲ 'ਚ ਰੋਕ ਦਿੱਤਾ ਜਾਏ ਇਹੀ ਕਾਰਨ ਹੈ ਕਿ ਜਿਹੜੇ 300 ਤੋਂ ਵੀ ਵੱਧ ਜਿਹੜੇ ਵਿਦੇਸ਼ੀ ਨੌਜਵਾਨ ਪਨਾਮਾ ਦੀ ਧਰਤੀ ਤੇ ਪਹੁੰਚੇ ਸੀ ਉਹਨਾਂ ਨੂੰ ਉੱਥੇ ਹੀ ਰੋਕਿਆ ਗਿਆ ਪਨਾਮਾ ਸਰਕਾਰ ਦੇ ਵੱਲੋਂ ਤੇ ਇਹਨਾਂ 3600 ਜਿੰਨੇ ਵੀ ਨੌਜਵਾਨ ਹੈਗੇ ਨੇ ਉਹਦੇ ਚੋਂ 130 ਇਕੱਲੇ ਭਾਰਤੀ ਨੇ ਜਿਨ੍ਹਾਂ ਨੂੰ ਹੁਣ ਪਨਾਮਾ ਸਰਕਾਰ ਡਿਪੋਰਟ ਕਰਕੇ ਵਾਪਸ ਭਾਰਤ ਜਿਹੜੀ ਭੇਜ ਰਹੀ ਆ ਸੋ ਇਹ ਜਾਣਕਾਰੀ ਤੁਹਾਡੇ ਲਈ ਅਹਿਮ ਹੈ ਕਿ ਡੌਂਕੀ ਦਾਸੀ ਪਹਿਲਾਂ ਵੀ ਤੁਹਾਨੂੰ ਅਸੀਂ ਵਰਜਦੇ ਆ ਬਹੁਤ ਸਾਰੇ ਅਸ਼ੋਕ ਜੀ ਉਹਨੀ ਵੀ ਪਹਿਲਾਂ ਤੁਸੀਂ ਦੇਖਿਓ ਕਿ ਕਿੰਨੀ ਵਾਰ ਤੁਹਾਨੂੰ ਅਸੀਂ ਅਪੀਲ ਵੀ ਕੀਤੀ ਆ ਕਿ ਜੇ ਜਾਣਾ ਤਾਂ ਇੱਕ ਨੰਬਰ 'ਚ ਚਲੇ ਜਾਓ ਕਾਗਜ਼ ਨਹੀਂ ਬਣਦੇ ਜਾਂ ਤੁਹਾਡੀ ਪ੍ਰੋਫਾਈਲ ਸਹੀ ਤਰੀਕੇ ਦੇ ਨਾਲ ਨਹੀਂ ਬਣਦੀ ਉਹ ਬਣ ਸਕਦੀ ਆ ਉਸ ਨੂੰ ਥੋੜਾ ਜਿਹਾ ਟਾਈਮ ਤੁਸੀਂ ਦਿਓ ਪਰ ਡੌਂਕੀ ਵਾਲਾ ਰਸਤਾ ਤੁਸੀਂ ਕਦੇ ਅਖਤਿਆਰ ਨਾ ਕਰੋ ਕਿਉਂਕਿ ਇਹ ਐਸਾ ਰਸਤਾ ਜਿਹੜਾ ਤੁਹਾਨੂੰ ਸਿੱਧਾ ਮੌਤ ਦੇ ਵੱਲ ਵੀ ਲੈ ਕੇ ਜਾ ਸਕਦਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਸਟਰ ਅਸ਼ੋਕ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਆ ਸੋ ਮੈਨੂੰ ਲੱਗਦਾ ਅਸ਼ੋਕ ਜੀ ਕਿ ਜਿਹੜੇ ਹੁਣ ਨੌਜਵਾਨ ਕਰਦੇ ਹੋਣਗੇ ਤਿਆਰੀ ਜੇ ਮੈਨੂੰ ਲੱਗਦਾ ਤੁਹਾਡੀ ਗੱਲ ਜਾਂ ਸਾਡੀ ਗੱਲ ਮੰਨ ਲੈਣ ਤਾਂ ਇਹ ਨੌਜਵਾਨਾਂ ਦੇ ਪੈਸੇ ਵੀ ਬਚ ਸਕਦੇ ਨੇ ਜ਼ਿੰਦਗੀਆਂ ਵੀ ਬਚ ਸਕਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਹਾਲੇ ਵੀ ਹੋਣਗੇ ਕੁਝ ਨੌਜਵਾਨ ਜਿਹੜੇ ਨਹੀਂ ਮੰਨਣਗੇ ਦੇਖੋ ਜੀ ਇਹ ਤਾਂ ਉਹ ਨੌਜਵਾਨ ਹੈ ਜੋ ਪਕੜ ਬੇ ਆ ਗਏ ਠੀਕ ਹੈ ਅਗਰ ਆਪ ਏਜੈਂਟੋ ਕੀ ਫਿਗਰ ਵਾਈਜ਼ ਚਲੇ ਜੋ ਨਾਨ ਗਵਰਨਮੈਂਟ ਫਿਗਰ ਕੇ ਹਿਸਾਬ ਸੇ ਚਲੇ ਤੋ ਇਸ ਟਾਈਮ ਪੇ ਵੀ 4000 ਪਲਸ ਇੰਡੀਅਨ ਰਾਸਤੇ ਮੇਂ ਬੈਠਾ ਹੋਆ ਹੈ ਕੋਈ ਸੂਰੀਨਾਮ ਬੈਠਾ ਹੈ ਕੋਈ ਬ੍ਰਾਜ਼ਿਲ ਬੈਠਾ ਹੈ ਕੋਈ ਤੰਜ਼ਾਨੀਆ ਬੈਠਾ ਹੈ ਹਾਂ ਠੀਕ ਹੈ ਉਹ ਇਸ ਇੰਤਜ਼ਾਰ ਵਿੱਚ ਬੈਠਾ ਕਿ ਹਮੇ ਆਗੇ ਰਸਤਾ ਮਿਲੇਗਾ ਹਮ ਚਲੇ ਜਾਈਏਗੇ ਇਹ ਬੋਲੋਗੇ ਜੋ ਵੀ ਰਾਸਤੇ ਵਿੱਚ ਬੈਠੇ ਹੈ ਜੋ ਅਭੀ ਇੰਡੀਆ ਵਿੱਚ ਬੈਠ ਕੇ ਪਲੈਨਿੰਗ ਕਰ ਰਹੇ ਉਹ ਤਾਂ ਇੱਕ ਅਲੱਗ ਚੀਜ਼ ਹੈ ਇਹ ਜਿਵੇਂ ਜਿਵੇਂ ਅੱਗੇ ਜਾਂਦੇ ਨੇ ਜਾਂ ਹਾਂਡਰਸ ਚਲੇ ਆ ਗਿਆ ਨਿਕਾਰਾ ਗੋਆ ਚਲੇ ਗਏ ਜਾਂ ਹੁਣ ਪਨਾਮਾ ਚਲੇ ਗਏ ਹਾਂਜੀ ਇਹ ਅਲੱਗ ਅਲੱਗ ਡੌਂਕਰ ਮਿਲਦੇ ਨੇ ਅੱਗੇ ਤੇ ਫਿਰ ਉਹ ਉਹ ਇਧਰ ਲਾ ਏਜੰਟ ਉਹਨਾਂ ਨੂੰ ਫੋਨ ਕਰਕੇ ਦੱਸਦਾ ਕਿਵੇਂ ਕੰਟੈਕਟ ਕਿਵੇਂ ਹੁੰਦਾ ਇਹਨਾਂ ਦਾ ਜੈਸੇ ਮੈਂ ਇਸ ਵਿੱਚ ਹੁੰਦਾ ਕਿਹੜਾ ਹੈ ਕਿ ਇੱਕ ਉਹਨਾਂ ਦਾ ਲੋਕਲ ਹੈਂਡਲਰ ਜਾਂ ਏਜੰਟ ਕਹਿੰਗੇ ਜੋ ਇੰਡੀਆ ਵਿੱਚ ਹੋਗਾ ਉਹ ਬੱਚੇ ਕੋਲ ਡੀਲ ਕਰੇਗਾ ਜਿਹੜਾ ਡੀਲ ਕਰਦਾ ਕੰਟਰੋਲ ਕਰਦਾ ਜਿਸ ਨੇ ਕਿ ਕਰਾ ਉਹ ਇੱਕ ਟਾਈਪ ਵਹਾਂ ਤੇ ਕਰਤਾ ਹੈ ਉਹ ਜੋ ਡੋਂਕਰ ਹੁੰਦਾ ਹੈ ਉਹ ਅਲੱਗ-ਅਲੱਗ ਕੰਟਰੀਜ਼ ਵਿੱਚ ਉਹਨੂੰ ਅਲੱਗ-ਅਲੱਗ ਲੋਕ ਪ੍ਰੋਵਾਈਡ ਕਰਾਤਾ ਜੋ ਉਹਨੇ ਅੱਗੇ ਲੈ ਕੇ ਜਾਂਦੇ ਹਨ ਠੀਕ ਹੈ ਹਰ ਇੱਕ ਕੰਟਰੀ ਦਾ ਆਪਣਾ 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 ਅਲੱਗ-ਅਲੱਗ ਹੈਂਡਲਰ ਹੁੰਦਾ ਜੋ ਉਹਨੇ ਹੈਂਡਲ ਕਰਤਾ ਡੀਲ ਕਰਤਾ ਜਿਸੇ ਅਸੀਂ ਡੋਂਕਰ ਵੀ ਕਹਿੰਦੇ ਚਲੋ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਸਾਨੂੰ ਦਿੱਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਤੁਸੀਂ ਨੇ ਇਹ ਗੱਲ ਸੁਣੀ ਆ ਤਾਂ ਜੇਕਰ ਤੁਹਾਡਾ ਆਪਣਾ ਕੋਈ ਪਰਿਵਾਰਕ ਮੈਂਬਰ ਹੈ ਜੋ ਜਾਣ ਦੀ ਜਿੱਦ ਕਰ ਰਿਹਾ ਡੋਂਕੀ ਲਾ ਕੇ ਉਹ ਵੀ ਪਨਾਮਾ ਦੇ ਥਰੂ ਤਾਂ ਉਹਨੂੰ ਰੋਕੋ ਜੇ ਤੁਹਾਡਾ ਕੋਈ ਮਿੱਤਰ ਹੈ ਉਹਨੂੰ ਵੀ ਰੋਕੋ ਕਿ ਇਹ ਜਿਹੜਾ ਰੂਟ ਆ ਇਹ ਹੁਣ ਇਸ ਰੂਟ ਤੋਂ ਡੌਂਕੀ ਨਹੀਂ ਚੱਲਣੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸ਼ੋਕਜੀ ਦੱਸ ਕੇ ਗਏ ਨੇ ਕਿ ਜਿਹੜਾ ਪਨਾਮਾ ਤੇ ਅਮਰੀਕਾ ਸਰਕਾਰ ਦਾ ਤੇ ਬ੍ਰਾਜ਼ੀਲ ਤੇ ਅਮਰੀਕਾ ਸਰਕਾਰ ਦਾ ਇਹ ਸਮਝੌਤਾ ਹੋ ਗਿਆ ਅਮਰੀਕਾ ਇਹਨਾਂ ਦੋਨਾਂ ਕੰਟਰੀਆਂ ਨੂੰ ਪੈਸੇ ਦੇਊਗੀ ਹਰ ਸਾਲ ਜਾਂ ਹਰ ਮਹੀਨੇ ਤੇ ਬਦਲੇ 'ਚ ਇਹ ਦੋਨੋਂ ਕੰਟਰੀਆਂ ਕੀ ਕਰਨਗੀਆਂ ਕਿ ਜਿਹੜੇ ਡੌਂਕੀ ਲਾ ਕੇ ਜਾਣ ਵਾਲੇ ਪਨਾਮਾ 'ਚ ਹੋ ਕੇ ਗੁਜ਼ਰਨ ਵਾਲੇ ਨੌਜਵਾਨ ਨੇ ਉਹਨਾਂ ਨੂੰ ਪਨਾਮਾ 'ਚ ਰੋਕ ਕੇ ਵਾਪਸ ਉਹਨਾਂ ਦੇ ਦੇਸ਼ ਭੇਜ ਦਿੱਤਾ ਜਾਊਗਾ ਹੋਰ ਜੇਕਰ ਤੁਹਾਡੇ ਕੋਈ ਜਾਣਕਾਰੀ ਹੋਵੇ ਜਾਂ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਸ਼ੋਕ ਜੀ ਤੋਂ ਤੁਹਾਡਾ ਉਹ ਸਵਾਲ ਕਰਕੇ ਉੱਤਰ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਪਰ ਉਦੋਂ ਤੱਕ ਅਸੀਂ ਜ਼ਰੂਰ ਕਹਿ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਵੀ ਰਹੋ ਜਾਗਰੂਕ ਰਹੋ ਤੇ ਧੋਖੇਬਾਜ਼ ਏਜੰਟਾਂ ਤੋਂ ਬਚ ਕੇ ਰਹੋ